ਪੁਲਵਾਮਾ ਹਮਲੇ ਤੋਂ ਬਾਅਦ ਤੋਂ ਹੀ ਪੰਜਾਬ ਹਾਈ ਅਲਰਟ 'ਤੇ ਹੈ ਅਤੇ ਪੁਲਿਸ ਵੱਲੋਂ ਹਰ ਜ਼ਿਲ੍ਹੇ ਵਿੱਚ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ। ਪਰ ਇਸ ਦੇ ਬਾਵਜੂਦ ਨਾਜਾਇਜ਼ ਸ਼ਰਾਬ ਦੀ ਸਮਗਲਿੰਗ ਜਾਰੀ ਹੈ। ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਜਦ ਚੰਡੀਗੜ੍ਹ ਮਾਰਕਾ ਸ਼ਰਾਬ ਨਾਲ ਭਰੀਆਂ 2 ਸਕੋਰਪੀਓ ਤੇਜ਼ ਰਫ਼ਤਾਰ ਗੱਡੀਆਂ ਲੁਧਿਆਣਾ ਮੁੱਲਾਪੁਰ ਰੋਡ 'ਤੇ ਗੁਹਾਰ ਪਿੰਡ ਦੇ ਨੇੜੇ ਡਿਵਾਈਡਰ ਤੋਂ ਟਕਰਾ ਕੇ ਪਲਟ ਗਈਆਂ ਅਤੇ ਉਹਨਾਂ ਦੀ ਚਪੇਟ ਵਿੱਚ ਇੱਕ ਐਕਟਿਵਾ ਸਵਾਰ ਵੀ ਆ ਗਿਆ। ਦੋਨੋਂ ਸਕੋਰਪੀਓ ਗੱਡੀਆਂ ਪੂਰੀ ਦੀ ਪੂਰੀ ਚੰਡੀਗੜ੍ਹ ਮਾਰਕਾ ਸ਼ਰਾਬ ਨਾਲ ਭਰੀਆਂ ਹੋਈਆਂ ਸਨ, ਜੋ ਕਿ ਚੰਡੀਗੜ੍ਹ ਤੋਂ ਸਸਤੇ ਰੇਟਾਂ 'ਤੇ ਲਿਆ ਕੇ ਪੰਜਾਬ ਵਿੱਚ ਮਹਿੰਗੇ ਰੇਟਾਂ 'ਤੇ ਵੇਚ ਕੇ ਸਮਗਲਿੰਗ ਕੀਤੀ ਜਾਂਦੀ ਹੈ। ਉੱਥੇ ਮੌਕੇ 'ਤੇ ਪੁੱਜੀ ਪੁਲਿਸ ਦਾ ਕਹਿਣਾ ਸੀ ਕਿ ਪੁਲਿਸ ਦੀ ਨਾਕਾਬੰਦੀ ਦੇਖ ਕੇ ਭੱਜਣ ਦੇ ਚੱਕਰ 'ਚ ਦੋਨੋਂ ਗੱਡੀਆਂ ਡਿਵਾਈਡਰ ਨਾਲ ਟਕਰਾ ਕੇ ਪਲਟ ਗਈਆਂ। ਦੋਨਾਂ ਦੇ ਡਰਾਈਵਰ ਫਰਾਰ ਹੋ ਗਏ ਹਨ। ਬਾਕੀ ਜਾਂਚ ਤੋਂ ਬਾਅਦ ਪਤਾ ਚੱਲੇਗਾ ਕਿ ਇਹ ਸ਼ਰਾਬ ਕਿਸ ਦੀ ਹੈ। ਜੀ, ਸਾਡੀ ਹਾਈ ਅਲਰਟ ਜਿਹੜਾ ਚੱਲ ਰਿਹਾ ਉਹਦੇ ਸੰਬੰਧ ਵਿੱਚ ਸਾਡੀ ਨਾਕਾਬੰਦੀ ਅਤੇ ਪੈਟਰੋਲਿੰਗ ਪਾਰਟੀਆਂ ਰੋਡ ਦੇ ਉੱਤੇ ਚੱਲਦੀਆਂ ਹੁੰਦੀਆਂ ਤਾਂ ਸਵੇਰੇ 4:45 ਵਜੇ ਦੇ ਕਰੀਬ ਜਿਹੜੀਆਂ 2 ਗੱਡੀਆਂ ਜਿਹੜੀਆਂ ਇੱਕਦਮ ਭੱਜਣੀ ਜਿਹੜੀਆਂ ਪੂਰੀ ਸਪੀਡ ਦੇ ਉੱਤੇ ਸੀਗੀਆਂ ਪੁਲਿਸ ਪਾਰਟੀ ਦੀਆਂ ਗੱਡੀਆਂ ਨੂੰ ਦੇਖ ਕੇ ਉਹਨੇ ਰੋਡ ਸਪੀਡ ਤੇਜ਼ ਕੀਤੀ ਅਤੇ ਇੱਕ ਡਿਵਾਈਡਰ ਕੱਟ ਹੈਗਾ ਗੁਹਾਰ ਪਿੰਡ ਦੇ ਕੋਲ ਤਾਂ ਅੱਗੋਂ ਇੱਕ ਸਕੂਟਰ ਵਾਲਾ ਆ ਗਿਆ ਜੋ ਗੱਡੀਆਂ ਆਪ ਦੇ ਵਿੱਚ ਟਕਰਾ ਗਈ ਅਤੇ ਸਕੂਟਰ ਵਾਲੇ ਦੇ ਵੀ ਸੱਟਾਂ ਲੱਗੀਆਂ ਔਰ ਗੱਡੀਆਂ ਦੇ ਵਿੱਚੋਂ ਡਰਾਈਵਰ ਨੇ ਜਿਹੜੇ ਉਹ ਨਿਕਲ ਕੇ ਭੱਜ ਗਏ। ਗੱਡੀਆਂ ਦੇ ਵਿੱਚੋਂ ਮੂਵਮੈਂਟ ਅਸੀਂ ਚੈੱਕ ਕਰ ਰਹੇ ਹਾਂ ਵੀ ਕਾਫ਼ੀ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਹੈ ਜਿਹੜੀ, ਇਹ ਨੈਣੋ ਸ਼ਰਾਬ ਹੈ ਚੰਡੀਗੜ੍ਹ ਜਲਦੀ ਵੀਰ ਹਾਂ ਇਹਨੂੰ ਵੈਰੀਫਾਈ ਕਰਦੇ ਹਾਂ ਅਤੇ ਸਾਰੇ ਡਾਕੂਮੈਂਟ ਚੈੱਕ ਕਰਦੇ ਹਾਂ ਫਿਲਹਾਲ ਤਾਂ ਇਹਨੂੰ ਚੈੱਕ ਕਰਨ ਤੋਂ ਬਾਅਦ ਜਿਹੜੀ ਬਣਦੀ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਅਤੇ ਡਰਾਈਵਰਾਂ ਬਾਰੇ ਦੁਬਾਰਾ ਜਿਹੜੀ ਚੈੱਕ। ਪਰ ਇੱਕ ਸਵਾਲ ਇਹ ਖੜਾ ਹੁੰਦਾ ਹੈ ਕਿ ਹਾਈ ਅਲਰਟ ਦੇ ਬਾਵਜੂਦ ਚੰਡੀਗੜ੍ਹ ਦੇ ਕਈ ਜ਼ਿਲ੍ਹੇ ਪਾਰ ਕਰਕੇ ਦੋਨੋਂ ਗੱਡੀਆਂ ਲੁਧਿਆਣਾ 'ਚ ਪਹੁੰਚ ਜਾਂਦੀਆਂ ਨੇ ਅਤੇ ਕੋਈ ਚੈਕਿੰਗ ਨਹੀਂ ਹੁੰਦੀ। ਬਿਊਰੋ ਰਿਪੋਰਟ, ਲੁਧਿਆਣਾ ਵਿਊ।